ਤੁਹਾਡੇ ਨਾਲ ਉੱਤ ਪਰ ਜਿਹਨੂੰ ਆਪਾਂ ਮੰਦਬੁੱਧੀ ਕਹਿੰਦੇ ਆ ਪ੍ਰਧਾਨ ਮੰਤਰੀ ਸਿਆਣਾ ਨਿਕਲਿਆ ਉਹਨੇ ਉਸੇ ਟਾਈਮ ਲਾਈਵ ਹੋ ਗਿਆ ਵੀ ਆ ਗਏ ਆ ਪੁਲਿਸ ਵਾਲੇ ਮੈਨੂੰ ਫੜਨ ਵਾਸਤੇ ਤੇ ਗ੍ਰਿਫਤਾਰੀ ਮੇਰੀ ਹੋ ਚੱਲੀ ਆ ਹੁਣ ਜੇ ਉਦੋਂ ਅਮਰਤਪਾਲ ਵੀ ਹੋ ਜਾਂਦਾ ਜਿਹੜੇ ਅੱਜ ਕਹਿੰਦੇ ਆ ਵੀ ਇਹ ਤਾਂ ਪੁਲਿਸ ਹੀ ਡਰਾਮਾ ਕਰ ਰਹੀ ਆ ਪੁਲਿਸ ਕੋਲੀ ਸੀ ਉਹ ਉਹਨਾਂ ਨੇ ਇਧਾ ਆ ਕੇ ਉੱਥੇ ਡਰਾਮਾ ਕਰਤਾ ਤੇ ਭਾਈ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਆ ਵੀ ਉਦੋਂ ਉੱਥੇ ਲਾਈਵ ਹੋ ਕੇ ਗ੍ਰਿਫਤਾਰੀ ਦੇ ਦਿੰਦਾ ਪਤਾ ਹੁੰਦਾ ਤੁਹਾਨੂੰ ਵੀ ਪੁਲਿਸ ਕੋਲਿਆ ਉਦੋਂ ਕਿਉਂ ਇਹਦਾ ਮਤਲਬ ਵੀ ਉਹ ਪ੍ਰਧਾਨ ਮੰਤਰੀ ਨਾਲੋਂ ਵੀ ਕਮੰਡ ਬੁੱਧੀ ਆ ਜਿਹਨੂੰ ਤੁਸੀਂ ਆਪਣੀ ਕੌਮ ਦਾ ਜੱਥੇਦਾਰ ਬਣਾਉਣ ਤੋਂ ਰਹੇ ਹੋ। ਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਉਹ ਵਾਕਿਆ ਹੀ ਭਗੌੜਾ ਸੀ ਤੇ ਕੱਲ ਗ੍ਰਿਫਤਾਰੀ ਹੋਈ ਆ ਤੇ ਫਿਰ ਭਾਵੇਂ ਜੀ ਇਹ ਵੀ ਮੰਨੋ ਕਿ ਉਹ ਰੇੜੇ ਦੇ ਉੱਤੇ ਜਿਹੜਾ ਬੈਠਾ ਸੀਗਾ ਜਾਂ ਮੋਟਰਸਾਈਕਲ ਤੇ ਜਿਹੜਾ ਭਜਾ ਕੇ ਲੱਗ ਗਿਆ ਸੀ ਜਾਂ ਜਿਹੜਾ ਉੱਥੇ ਫਿਰ ਰਿਹਾ ਸੀ ਉਹੀ ਸੀ। ਤੁਸੀਂ ਉੱਧਰ ਵੀ ਨਹੀਂ ਹੁੰਦੇ ਤੇ ਉੱਧਰ ਵੀ ਨਹੀਂ ਹੁੰਦੇ ਇੱਕ ਪਾਸੇ ਤਾਂ ਲੱਗੋਣਾ ਤੇ ਜੇ ਕੱਲ ਉਹ ਲਾਈਵ ਹੋਇਆ ਅੰਦਰ ਉਹ ਬੜਾ ਮੱਥਾ ਟੇਕ ਰਿਹਾ ਬਾਬਾ ਜਰਨੈਲ ਸਿੰਘ ਭਿੰਡਰਾਲੇ ਦੀ ਫੋਟੋ ਅੱਗੇ ਵੱਡੀ ਕਿਰਪਾ ਨਾਲ ਹੱਥ ਚ ਫੜੀ ਹੋਈ ਆ। ਤੇ ਉਹ ਸਾਰਾ ਜਿਹੜਾ ਜੋ ਵੀ ਆ ਜੇ ਡਰਾਮਾ ਆ ਜਾਂ ਸਹੀ ਆ ਤੇ ਉਹ ਪਹਿਲਾਂ ਜਿਹੜੀ ਕੀਤਾ ਉਹਦੇ ਕੋਲ ਫੋਨ ਹੈ ਨਹੀਂ ਸੀ ਜਾਂ ਕੁਝ ਹੈ ਨਹੀਂ ਸੀ ਤੇ ਉਹ ਸਾਰਾ ਦੇਖੋ ਕਿਦਾਂ ਉਹ ਫਿਲਮ ਵਾਂਗੂ ਬੜਾਇਆ ਗਿਆ ਵੀ ਜਿੱਥੋਂ ਸ਼ੁਰੂਆਤ ਕੀਤੀ ਸੀ ਉਸੇ ਜਸਵੀਰ ਸਿੰਘ ਰੋਡੇ ਨੇ ਪੱਗ ਬੰਨੀ ਸੀ ਉਸੇ ਜਸਵੀਰ ਸਿੰਘ ਰੋਡੇ ਦੇ ਦੁਬਾਰਾ ਉਹ ਦੁਬਾਰਾ ਗ੍ਰਿਫਤਾਰੀ ਦੇ ਰਿਆ ਉਹਨਾਂ ਨੂੰ ਪਤਾ ਆ ਹੋਰ ਕਿਸੇ ਨੂੰ ਪਿੰਡ ਵਾਲੇ ਨੂੰ ਗਵਾਂਡੀਆਂ ਨੂੰ ਪਤਾ ਨਹੀਂ ਜਿਹੜੇ ਗੁਰਦੁਆਰੇ ਦੇ ਗਵਾਂਡ ਚ ਰਹਿੰਦੇ ਆ ਫੇਰ ਜੇ ਤੁਸੀਂ ਜਸਵੀਰ ਸਿੰਘ ਰੋਡੇ ਬਾਰੇ ਜਾਨਣਾ ਭਾਈ ਸਾਡੇ ਸਾਡੋ ਸਾਡੇ ਕੋਲ ਨਾ ਪੁੱਛੋ ਬਾਪੂ ਹਰਦੀਪ ਸਿੰਘ ਡਿਬਡਵਾ ਦੀ ਕਿਤਾਬ ਆ ਜਿਹੜੀ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਵਾਲੀ ਉਹਨਾਂ ਨੇ ਲਿਖੀ ਹੋਈ ਆ ਉਹਦੇ ਵਿੱਚ ਜਾ ਕੇ ਪੜ੍ਹ ਲਓ ਵੀ ਜਸਬੀਰ ਸਿੰਘ ਰੋਡੇ ਕੌਣ ਆ ਤੇ ਉਹਦਾ ਸਰਕਾਰਾਂ ਨਾਲ ਕੀ ਸਬੰਧ ਆ ਤੇ ਕਿਹੜੀ ਡੀਲ ਕੱਢ ਕੇ ਬਾਹਰ ਆਇਆ ਆ ਮੈਂ ਨਹੀਂ ਕਹਿ ਰਿਹਾ ਬਾਪੂ ਹਰਦੀਪ ਸਿੰਘ ਡਿਬਡਵਾ ਜਿਹਨੂੰ ਤੁਸੀਂ ਕਹਿੰਦੇ ਸੀ ਵੀ ਇਹ ਪੰਥ ਦਾ ਬਹੁਤ ਮਹਾਨ ਆ ਪਰ ਕੋਈ ਪਤਾ ਨਹੀਂ ਹੁਣ ਪਿਛਲੇ 2-3 ਬਿਆਨਾਂ ਤੋਂ ਬਾਅਦ ਉਹਨੂੰ ਵੀ ਕਹਿਣ ਲੱਗ ਪੜੇ ਕਾਮਰੇਡ ਆ ਬਾਪੂ ਹਰਦੀਪ ਸਿੰਘ ਡਿਬਡਵਾ ਜਿਹੜਾ ਕਿਸਾਨੀ ਅੰਦੋਲਨ ਵੇ ਇਹਨਾਂ ਦਾ ਨੰਬਰ 1 ਬਣ ਗਿਆ ਸੀ ਪੀਏ ਕਿਉਂਕਿ ਉਹਦਾ ਉਹ ਤਾਂ ਹੀ ਹੋ ਗਿਆ ਤੇ ਉਹ ਬਾਪੂ ਨੇ ਦੋ ਚਾਰ ਗੱਲਾਂ ਕਰਤੀਆਂ ਵੀ ਇਹ ਪੰਥ ਦਾ ਬਾਗਡੋਰ ਅਗੁੱਸ ਬਹਾਲੂਗੇ ਤੇ ਹੁਣ ਉਹਦੇ ਵੀ ਉਲਟ ਹੋ ਗਏ ਆ ਜਿਹੜਾ ਇਹਨਾਂ ਨੂੰ ਚੱਜ ਦੀ ਗੱਲ ਕਰਦਾ ਉਹ ਚਾਹੇ ਰਣਜੀਤ ਸਿੰਘ ਕੁੱਕੀ ਗੱਲ ਹੋਵੇ ਚਾਹੇ ਖਿਹੜਾ ਹੋਵੇ ਚਾਹੇ ਕੋਈ ਵੀ ਬੰਦਾ ਹੋਵੇ ਜਿਹੜਾ ਇਹਨਾਂ ਨੂੰ ਕਹਿੰਦਾ ਵੀ ਆਪਣਾ ਖਾਨਾ ਯੂਜ਼ ਕਰ ਲਓ ਉਹਨੂੰ ਇਹ ਮਿੰਟ ਦੀ ਕਾਮਰੇਡ ਵਿਕਿਆ ਹੋਇਆ ਸਰਕਾਰੀ ਔਰ ਜਿਹੜੇ ਵਿਕੇ ਹੋਏ ਆ ਉਹਨਾਂ ਨੂੰ ਕਹਿੰਦੇ ਆ ਇਹ ਪੰਥ ਦੀ ਬਾਗਡੋਰ ਸੰਭਾਲਦੇ ਆ ਵੀ ਇਹ ਪੰਥ ਦੇ ਬੰਦੇ ਆ ਅਸਲੀ ਓ ਪਾਈ ਕਦੋਂ ਅਕੜ ਆਉਗੀ ਤੁਹਾਨੂੰ ਅਸੀਂ ਤਾਂ ਸਮਝਾ ਸਮਝਾ ਥੱਕ ਗਏ ਆ ਤੁਹਾਡਾ ਕੰਮ ਹੁੰਦਾ ਇੱਥੇ ਆ ਕੇ ਸਾਨੂੰ ਦੋ ਚਾਰ ਗਾਲਾਂ ਕੱਢ ਕੇ ਚੱਲ ਜਾਣਾ ਦੇਖ ਤਰਿਆ ਕਰੋ ਇਹ ਗੱਲ ਕੀ ਕਰਦੇ ਹੋ ਜਵਾਬ ਦਿਆ ਕਰੋ ਤੁਹਾਨੂੰ ਕਿਹ ਫੋਨ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਕਾਲ ਕਰ ਲਿਆ ਕਰੋ ਆਪਣੀ ਆਪਣਾ ਪਾਸਾ ਦੱਸ ਦਿਆ ਕਰੋ ਵੀ ਤੁਹਾਨੂੰ ਕੀ ਚਾਹੀਦਾ